ਸਤਿ ਸ਼੍ਰੀ ਅਕਾਲ ਦੋਸਤੋ ਮੈਂ ਚਰਨਜੀਤ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਅੱਜ ਇਸ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਜਿਹੜੀਆਂ ਵੈਰੈਟੀਆਂ ਜਿਹੜੇ ਚੋਨੇ ਹੁਣ ਨਿਸਰ ਰਹੇ ਨੇ ਜਦੋਂ ਮੁੰਜਰਾ ਬਾਹਰ ਆਉਂਦੀਆਂ ਨੇ ਤਾਂ ਮੁੰਜਰ ਦੇ ਵਿੱਚੋਂ ਕੁਝ ਕੁ ਦਾਣੇ ਆਪਾਂ ਨੂੰ ਚਿੱਟੇ ਰੰਗ ਦੀ ਸਫੈਦ ਫੱਕ ਜਿਹੜੀ ਹੈ ਬਿਲਕੁਲ ਚਿੱਟੇ ਰੰਗ ਦੇ ਉਹ ਫੱਕ ਜਿਹੜੀ ਹੈ ਦਿਖਾਈ ਦਿੰਦੀ ਹੈ ਇਹਦੇ ਵਿੱਚ ਕੀ ਕਾਰਨ ਨੇ ਇਹ ਫੋਕ ਜਿਹੜੀ ਹੈ ਫੱਕ ਕਿਉਂ ਬਣ ਰਹੀ ਹੈ ਕਿਵੇਂ ਆਪਾਂ ਇਹਨੂੰ ਕੰਟਰੋਲ ਕਰਨਾ ਹੈ ਸਾਰੀਆਂ ਗੱਲਾਂ ਗਿਆ ਆਪਾਂ ਇਸ ਵੀਡੀਓ ਦੇ ਵਿੱਚ ਜਾਣਦੇ ਆਂ ਸਭ ਤੋਂ ਪਹਿਲਾਂ ਜਿਹੜੇ ਨਵੇਂ ਕਿਸਾਨ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਲੱਗਾ ਬੈਲ ਦਾ ਬਟਨ ਵੀ ਦਬਾ ਲਓ ਤਾਂ ਕਿ ਹੋਰ ਵੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਹੁਣ ਹੋ ਕੀ ਰਿਹਾ ਹੈ ਜਿਹੜੀਆਂ ਮੁੰਜਰਾਂ ਬਾਹਰ ਆਉਂਦੀਆਂ ਨੇ ਕੁਝ ਜਿਹੜੀਆਂ ਵੈਰਾਈਟੀਆਂ ਅਗੇਤੀਆਂ ਲੱਗੀਆਂ ਨੇ ਜਾਂ ਜਿੰਨੀਆਂ ਵੀ ਹੁਣ ਵੈਰਾਈਟੀਆਂ ਨੇ ਤਕਰੀਬਨ ਸਾਰੀਆਂ ਨੇ ਹੁਣ ਨਸਾਰੇ ਦੀ ਸਟੇਜ ਦੇ ਉੱਪਰ ਵਧਣਾ ਸਟਾਰਟ ਕੀਤਾ ਤਾਂ ਜਿਹੜੀਆਂ ਮੁੰਜਰਾਂ ਬਾਹਰ ਆਉਂਦੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਕੁ ਦਾਣੇ ਜਿਹੜੇ ਚਿੱਟੇ ਰੰਗ ਦੇ ਜਿਤਨਾ ਇਹ ਤੁਸੀਂ ਫੋਟੋ ਦੇ ਵਿੱਚ ਦੇਖਦੇ ਪਏ ਹੋ ਬਿਲਕੁਲ ਚਿੱਟੇ ਰੰਗ ਜਿਨ੍ਹਾਂ ਨੂੰ ਵੇਖ ਕੇ ਬਹੁਤੇ ਕਿਸਾਨ ਜਿਹੜੇ ਨੇ ਫੰਗੀਸਾਈਡ ਕਰੀ ਜਾਂਦੇ ਨੇ ਕਿ ਇਹ ਕਿਸੇ ਫੰਗਸ ਦਾ ਅਟੈਕ ਹੋ ਗਿਆ ਹੈ ਵੇਖਣ ਨੂੰ ਵੀ ਇਹ ਕਿਸੇ ਫੰਗਸ ਦਾ ਅਟੈਕ ਹੀ ਲੱਗਦਾ ਹੈ ਪਰ ਅਸਲ ਦੇ ਵਿੱਚ ਇਹ ਕੋਈ ਫੰਗਸ ਨਹੀਂ ਹੈ ਇਹ ਇੱਕ ਕੀਟ ਦਾ ਹਮਲਾ ਹੈ ਜਿਹਨੂੰ 에ਅਰ ਹੈਡ ਬੱਗ ਜਾਂ ਰਾਈਸ ਬੱਗ ਦੇ ਨਾਮ ਨਾਲ ਵੀ ਆਪਾਂ ਜਾਣਦੇ ਹਾਂ ਇਹ ਜਿਹੜਾ ਫੋਟੋ ਦੇ ਵਿੱਚ ਤੁਸੀਂ ਦੇਖਦੇ ਪਏ ਹੋ ਇਹ ਇਹੀ ਕੀਟ ਹੈ ਇਸੇ ਦੇ ਕਾਰਨ ਹੀ ਆਪਣੇ ਦਾਣੇ ਜਿਹੜੇ ਆ ਚਿੱਟੇ ਰੰਗ ਦੀ ਫੋਗ ਜਿਹੜੀ ਆਪਾਂ ਨੂੰ ਝੋਨੇ ਦੇ ਜਾਂ ਮੁੰਜਰਾਂ ਦੇ ਵਿੱਚ ਦਿਖਾਈ ਦਿੰਦੀ ਹੈ ਇਹ ਕਰਦਾ ਕੀ ਇਹ ਤਕਰੀਬਨ 3 ਤੋਂ 3.5 ਸੈਂਟੀਮੀਟਰ ਦਾ ਕੀੜਾ ਹੁੰਦਾ ਹੈ ਜਦੋਂ ਆਪਣੀਆਂ ਮੁੰਜਰਾਂ ਬਾਹਰ ਆਉਣੀਆਂ ਸਟਾਰਟ ਹੁੰਦੀਆਂ ਨੇ ਉਸੇ ਟਾਈਮ ਆ ਕੇ ਮੁੰਜਰ ਦੇ ਉੱਪਰ ਬੈਠਦਾ ਹੈ ਤੇ ਆਪਣੀ ਚੁੰਝ ਦੇ ਨਾਲ ਦਾਣੇ ਦੇ ਵਿੱਚ ਹਲਕਾ ਤਰਲ ਪਦਾਰਥ ਜਿਹੜਾ ਬਣਨਾ ਸਟਾਰਟ ਹੁੰਦਾ ਉਹਨੂੰ ਖਿੱਚ ਕੇ ਪੀ ਲੈਂਦਾ ਹੈ ਜਿਦੇ ਕਾਰਨ ਮੁੰਜਰ ਦੇ ਵਿੱਚੋਂ ਕੁਝ ਕ ਦਾਣੇ ਜਿਹੜੇ ਆ ਬਿਲਕੁਲ ਚਿੱਟੇ ਹੋ ਜਾਂਦੇ ਆ ਸਫੈਦ ਹੋ ਜਾਂਦੇ ਆ ਤੇ ਫੱਕ ਬਣ ਜਾਂਦੀ ਏ ਹੁਣ ਆਪਾਂ ਇਹਨੂੰ ਕੰਟਰੋਲ ਕਰਨ ਬਾਰੇ ਜਾਣਦੇ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਬਹੁਤ ਜ਼ਿਆਦਾ ਹੱਦ ਤੱਕ ਕੋਈ ਨੁਕਸਾਨ ਨਹੀਂ ਕਰਦਾ ਬਹੁਤ ਵਿਰਲਾ ਆਪਾਂ ਨੂੰ ਇਹ ਵਟਾਂ ਦੇ ਨਾਲ ਹੀ ਸਿਰਫ ਦੇਖਣ ਨੂੰ ਮਿਲਦਾ ਝੋਨੇ ਦੇ ਅੰਦਰ ਇਹਦਾ ਹਮਲਾ ਬਹੁਤ ਘੱਟ ਹੁੰਦਾ ਹੈ ਵਟਾਂ ਦੇ ਨਾਲ ਨਾਲ ਇਹ ਜ਼ਿਆਦਾਤਰ ਆਪਾਂ ਨੂੰ ਦੇਖਣ ਨੂੰ ਮਿਲਦਾ ਹੁਣ ਇਹਦਾ ਆਪਾਂ ਕੋਈ ਇਲਾਜ ਜਿਹੜਾ ਨਹੀਂ ਕਰ ਸਕਦੇ ਜੇ ਆਪਣੇ ਝੋਨੇ ਨੂੰ ਬੂਰ ਪੈ ਚੁੱਕਾ ਹੈ ਆਪਾਂ ਇਹਦੀ ਕੋਈ ਸਪਰੇਅ ਕਰਦੇ ਆ ਤਾਂ ਇਹਦੇ ਨਾਲ ਆਪਣਾ ਉਹਨਾਂ ਇਹਨੇ ਨੁਕਸਾਨ ਨਹੀਂ ਕਰਨਾ ਜਿੰਨਾ ਆਪਾਂ ਸਪਰੇਅ ਕਰਕੇ ਆਪਣਾ ਆਪੇ ਹੀ ਨੁਕਸਾਨ ਕਰ ਲੈਣਾ ਇਸ ਤੋਂ ਬਾਅਦ ਦੂਸਰੇ ਨੰਬਰ ਤੇ ਆਪਾਂ ਨੂੰ ਸਿਸਟੈਮਿਕ ਇਨਸੈਕਟੀਸਾਈਡਾਂ ਦੀ ਵਰਤੋਂ ਕਰਨੀ ਪੈਣੀ ਹੈ ਤਾਂ ਸਿਸਟੈਮਿਕ ਇਨਸੈਕਟੀਸਾਈਡ ਜੇ ਹੁਣ ਇਸ ਟਾਈਮ ਆਪਾਂ ਝੋਨੇ ਦੇ ਉੱਪਰ ਕਰਦੇ ਆ ਤਾਂ ਉਹਨਾਂ ਦਾ ਅਸਰ ਜਿਹੜਾ ਹੈ ਆਪਣੇ ਦਾਣਿਆਂ ਦੇ ਵਿੱਚ ਰਹਿ ਜਾਣਾ ਜਿਹਦਾ ਪ੍ਰਭਾਵ ਆਪਣੇ ਉੱਤੇ ਵੀ ਪੈਣਾ ਹੈ ਇਹਦੇ ਜਿਹੜੇ ਗਰੀਬ ਨੇ ਉਹ ਆਪਣੇ ਦਾਣੇ ਖਾਣੇ ਆ ਉਹਦੇ ਉੱਪਰ ਵੀ ਬਹੁਤ ਮਾੜਾ ਪ੍ਰਭਾਵ ਉਹਨਾਂ ਦਾ ਪੈਣਾ ਇਸ ਕਰਕੇ ਹੁਣ ਇਹਦੀ ਆਪਾਂ ਕੋਈ ਵੀ ਸਪਰੇ ਜਿਹੜੀ ਐ ਝੋਨੇ ਦੇ ਉੱਪਰ ਨਹੀਂ ਕਰਨੀ ਇਹ ਬਿਲਕੁਲ ਨਾਂ ਦੇ ਬਰਾਬਰ ਆਪਣਾ ਨੁਕਸਾਨ ਕਰਦਾ ਕੁਝ ਕਿ ਜਗ੍ਹਾ ਦੇ ਉੱਪਰ ਇਹ ਬਹੁਤ ਜ਼ਿਆਦਾ ਹੱਦ ਤੱਕ ਵੱਧ ਜਾਂਦਾ ਪਰ ਪੰਜਾਬ ਦੇ ਵਿੱਚ ਹੁਣ ਤੱਕ ਕਿਤੇ ਵੀ ਇਹਦਾ ਇੰਨਾ ਜ਼ਿਆਦਾ ਹਮਲਾ ਜਿਹੜਾ ਨਹੀਂ ਦੇਖਿਆ ਗਿਆ ਇਸ ਕਰਕੇ ਆਪਾਂ ਨੂੰ ਇਹਦੇ ਤੋਂ ਬਹੁਤਾ ਜ਼ਿਆਦਾ ਕੋਈ ਡਰਨ ਦੀ ਲੋੜ ਨਹੀਂ ਹੈ ਇਹ ਕੁਝ ਕਿ ਦਾਣੇ ਜਿਹੜੇ ਸਫੈਦ ਆਪਾਂ ਨੂੰ ਦਿਖਾਈ ਦਿੰਦੇ ਆ ਇਹ ਸਿਰਫ ਵਟਾਂ ਦੇ ਨਾਲ-ਨਾਲ ਹੀ ਨੇ ਅੰਦਰ ਜ਼ਿਆਦਾਤਰ ਇਹਦਾ ਹਮਲਾ ਜਿਹੜਾ ਨਹੀਂ ਹੁੰਦਾ ਇਸ ਕਰਕੇ ਹੁਣ ਆਪਾਂ ਕੋਈ ਵੀ ਸਪਰੇਅ ਦੇ ਲਈ ਨਹੀਂ ਕਰਨੀ ਜਿਹੜੇ ਕਿਸਾਨ ਫੰਗੀ ਸਾਈਡ ਬਾਰੇ ਪੁੱਛ ਰਾਇਆ ਸੀ ਕਿ ਇਹਦੇ ਬਾਰੇ ਆਪਾਂ ਕਿਹੜਾ ਫੰਗੀ ਸਾਈਡ ਦੇ ਉੱਪਰ ਕਰਨਾ ਹੈ ਜਿਹੜੇ ਦੁਕਾਨਾਂ ਵਾਲੇ ਨਜਾਇਜ਼ ਬਹੁਤ ਫਾਇਦਾ ਚੁੱਕਦੇ ਨੇ ਕੁਝ ਜਿਹੜੇ ਕਿਸਾਨਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਕੁਝ ਵੀ ਉਹ ਨੇਟਿਵ ਉਹ ਦੇ ਰਹੇ ਨੇ ਐਮੀ ਸਟਾਰ ਟਾਪ ਦੇ ਰਹੇ ਨੇ ਪਤਾ ਨਹੀਂ ਕੀ ਕੀ ਦੇ ਰਹੇ ਨੇ ਇਹ ਫੰਗਸ ਹੈ ਹੀ ਨਹੀਂ ਇਹ ਇੱਕ ਕੀਟ ਦਾ ਹਮਲਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਜੇ ਫੰਗਸ ਹੋਵੇ ਤਾਂ ਹੀ ਫੰਗੀ ਸਾਈਡ ਦੇ ਨਾਲ ਕੰਟਰੋਲ ਇੰਨੇ ਹੋਣਾ ਇਸ ਕਰਕੇ ਹੁਣ ਆਪਾਂ ਬੇ ਲੋੜੇ ਐਵੇਂ ਮਹਿੰਗੇ ਫੰਗੀ ਸਾਈਡ ਲਿਆ ਲਿਆਗੇ ਜਿਹੜੇ ਕਰਦੇ ਆ ਉਹਨਾਂ ਦਾ ਨਾ ਕਰੀਏ ਆਪਾਂ ਆਪਾਂ ਆਪਣਾ ਪੈਸਾ ਜਿਹੜਾ ਬਰਬਾਦ ਨਾ ਕਰੀਏ ਤੇ ਇਨਸੈਕਟੀ ਸਾਈਡ ਵੀ ਨਾ ਕਰੀਏ ਕਿਉਂਕਿ ਇਹਦਾ ਕੋਈ ਵੀ ਜਿਆਦਾ ਆਪਾਂ ਨੂੰ ਨੁਕਸਾਨ ਜਿਹੜਾ ਚੋਨੇ ਦੇ ਚਾੜ ਦੇ ਉੱਪਰ ਦੇਖਣ ਨੂੰ ਨਹੀਂ ਮਿਲਣਾ ਸੋ ਇਸ ਵੀਡੀਓ ਚ ਇੰਨਾ ਕੀ ਸੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਬਾਕੀ ਹੋਰ ਵੀ ਕਿਸਾਨਾਂ ਦੇ ਨਾਲ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ